ਉਹ ਇੰਨੀ ਦੁਆ ਆਪਣੇ ਬੰਦੇ ਵਾਸਤੇ ਨਹੀਂ ਕਰਦੀ ਜਿੰਨੀ ਦੁਆ ਆਪਣੇ ਭਰਾ ਵਾਸਤੇ ਕਰਦੀ ਹੈ। ਕਰਦੀ ਕਿ ਨਹੀਂ ਕਰਦੀ ਬੋਲੋ ਯਾਰ, ਕਰਦੀ ਕਿ ਨਹੀਂ ਕਰਦੀ? ਸਾਡੀਆਂ ਤਾਂ ਕਰਦੀਆਂ, ਕਿਸੇ ਦਾ ਸਾਨੂੰ ਪਤਾ ਨਹੀਂ। ਕਸਮ ਖੁਦਾ ਦੀ ਬਾਬਾ, 500 ਰੁਪਇਆ ਤੂੰ ਆਪਣੀ ਭੈਣ ਨੂੰ ਦੇ, ਸਿਆਲਕੋਟ ਜਾਣ ਤੱਕ ਤੈਨੂੰ ਦੁਆਵਾਂ ਦੇਵੇਗੀ, ਲਾਹੌਰ ਜਾਣ ਤੱਕ ਤੈਨੂੰ ਦੁਆਵਾਂ ਕਰੇਗੀ, ਆਖੇਗੀ ਭਾ ਬੜੇ ਪੈਸੇ ਨੇ ਮੇਰੇ ਕੋਲ। ਕਸਮ ਖੁਦਾ ਦੀ ਤੇਰਾ ਮਜਮਾ ਰੋ ਪਿਆ ਉਸਮਾਨ, ਮੈਨੂੰ ਇਹ ਅਲੱਲ ਐਲਾਨ ਦੱਸੀ, ਕਰੋੜਪਤੀ ਵੀ ਭੈਣ ਹੋਵੇ ਨਾ, ਕਰੋੜਪਤੀ ਵੀ ਬਾਬਾ ਜੀ, ਕਰੋੜਪਤੀ ਵੀ ਅੱਲਾ ਥਰੁਦ ਕਬੂਲ ਕਰੇ, ਜੇ ਕਰੋੜਪਤੀ ਵੀ ਭੈਣ ਹੋਵੇ ਨਾ, ਉਹ 500 ਰੁਪਇਆ ਉਡੀਕਦੀ ਹੁੰਦੀ ਹੈ ਵੀ ਮੇਰਾ ਉਸਮਾਨ ਕਦੋਂ ਭਰਾ ਆਏਗਾ, ਮੇਰਾ ਬਾਪ ਕਦੋਂ ਆਏਗਾ, ਮੈਨੂੰ ਈਦ ਦੇਵੇਗਾ, ਮੈਨੂੰ ਸ਼ਬਰਾਤ ਦੇਵੇਗਾ। ਚੱਲਿਆ ਉਹ ਪੈਸੇ ਦੀ ਭੁੱਖੀ ਨਹੀਂ, ਉੱਥੋਂ ਉਹਦੇ 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 ਘਰ ਪੈਰ ਰੱਖਣਾ, ਉਹਨੂੰ ਈਦ ਜਿੰਨਾ ਚਾਹ ਚੜ੍ਹ ਜਾਂਦਾ, ਕਸਮ ਖੁਦਾ ਦੀ। ਅਤੇ ਕਈ ਵਾਰੀ ਐਸਾ ਹੁੰਦਾ ਭੈਣਾਂ 'ਤੇ ਪਾਬੰਦੀ ਲੱਗ ਜਾਂਦੀ, ਬੰਦੇ ਆਉਂਦੇ ਨੇ ਤੇਰੇ ਭਰਾ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ, ਮੈਂ ਨਹੀਂ ਤੈਨੂੰ ਜਾਣ ਦੇਣਾ, ਇੱਧਰ ਵੇਖ ਯਾਰ ਤਬਲੀਗ ਹੀ ਮੈਂ ਤਾਂ ਕਿਸੇ ਦੇ ਸੀਨੇ 'ਤੇ ਗੱਲ ਅਸਰ ਕਰ ਜਾ, ਪਾਬੰਦੀ ਲੱਗ ਗਈ ਭੈਣ 'ਤੇ। ਹੁਣ ਭੈਣ ਕੀ ਕਰਦੀ ਹੈ, ਭੈਣ ਨੇ ਬੰਦੇ ਨੂੰ ਵੀ ਖੁਸ਼ ਰੱਖਣਾ ਜਿੱਥੇ ਉਹ ਰਹਿ ਰਹੀ ਹੈ, ਉਹਨੇ ਕਿਹਾ ਠੀਕ ਹੈ ਮੈਂ ਤੇਰੀ ਗੱਲ। ਪਰ ਕਸਮ ਖੁਦਾ ਦੀ ਅੱਪੂ ਗੜਿਆ ਲਿਆ, ਜਦੋਂ ਮਸੱਲਾ ਪਾਵੇਗੀ ਨਾ ਤਾਂ ਪਹਿਲੀ ਦੁਆ ਇਹ ਕਰੇਗੀ, ਮੌਲਾ ਮੇਰੇ ਵੀਰਾਂ ਦੀ ਖੈਰ ਹੋਵੇ, ਮੌਲਾ ਮੇਰੇ ਭਰਾਵਾਂ ਦੀ ਖੈਰ ਹੋਵੇ। ਐਕਸੀਡੈਂਟ ਹੋਇਆ ਕਿਬਲਾ ਐ ਖਾਦਮ ਅਲੀ ਰੋਡ 'ਤੇ, ਜਵਾਨ 18 ਸਾਲ ਦਾ ਨੌਜਵਾਨ ਸੀ, ਉਹਦੀ ਮਈਅਤ ਪਈ ਸੀ। ਅਜੇ ਇੱਧਰ ਤਵੱਜੋ ਕਰੀ, ਜੇ ਕੋਈ ਬੰਦਾ ਨਹੀਂ ਪਹੁੰਚਿਆ, ਭੈਣਾਂ ਦੀਆਂ ਜੁੱਤੀਆਂ ਲੱਥੀਆਂ ਹੋਈਆਂ ਨੇ, ਕੋਈ ਪਤਾ ਨਹੀਂ ਸਿਰ 'ਤੇ ਦੁਪੱਟਾ ਹੈ ਕਿ ਨਹੀਂ ਹੈ। ਸੂਫੀ ਜੀ ਕਸਮ ਖੁਦਾ ਦੀ ਆਪਣੇ ਵੀਰ ਦੀ ਲਾਸ਼ 'ਤੇ ਰੋਂਦੀਆਂ ਪਈਆਂ ਨੇ, ਅਤੇ ਆਉਂਦੀਆਂ ਨੇ ਵੀਰਾ ਉਠਾਂ ਇੱਕ ਵਾਰੀ ਅੱਖਾਂ ਖੋਲ, ਤੇਰੀ ਬਾਜੀ ਆਈ ਆ ਤੈਨੂੰ ਮਿਲਣ, ਤੇਰੀ ਭੈਣ ਆਈ ਆ ਤੈਨੂੰ ਮਿਲਣ, ਤੂੰ ਕਰੋੜਪਤੀ ਵੀ ਹੋ ਜਾਏ ਨਾ, ਜੇ ਤੇਰਾ ਭੈਣਾਂ ਨਾਲ ਸਲੂਕ ਚੰਗਾ ਨਹੀਂ ਨਾ, ਤੇਰੀ ਰੋਜ਼ੀ ਵਿੱਚ ਬਰਕਤ ਕੋਈ ਨਹੀਂ। ਮੈਂ ਅਲੱਲ ਐਲਾਨ ਕਹਿੰਦਾ, ਮੈਨੂੰ ਕਿਸੇ ਦਾ ਡਰ ਨਹੀਂ, ਕਿਸੇ ਦਾ ਖੌਫ ਨਹੀਂ। ਅਗਰ ਤੇਰੀਆਂ ਭੈਣਾਂ ਤੇਰੇ 'ਤੇ ਰਾਜ਼ੀ ਨਹੀਂ, ਅਗਰ ਤੇਰੀਆਂ ਧੀਆਂ ਤੇਰੇ 'ਤੇ ਰਾਜ਼ੀ ਨਹੀਂ, ਯਾਰ ਕੈਸੀ ਗੱਲ ਹੈ, ਇਹ ਤਬਲੀਗ ਹੈ ਪੂਰੀ ਦੁਨੀਆ ਵਾਸਤੇ, ਤੂੰ ਯਾਰਾਂ ਨੂੰ 10-10 ਹਜ਼ਾਰ ਦੀ ਰੋਟੀ ਖਿਲਾ ਛੱਡਣਾ, ਅਤੇ ਅੱਬੇ ਨੂੰ ਕਦੀ 2000 ਵੀ ਨਹੀਂ ਦਿੱਤਾ, ਹੈਂ ਅੱਬੇ ਨੂੰ ਕਦੀ 2000 ਵੀ ਨਹੀਂ ਦਿੱਤਾ, ਕਿਉਂ? ਇੱਧਰ ਅਲੱਲ ਐਲਾਨ ਜੁਮਲੇ ਸੁਣਿਆ ਜੇ, ਬਾਬਾ ਤੂੰ 50 ਹਜ਼ਾਰ ਦੀ ਰੋਟੀ ਖਵਾ ਅਤੇ ਭਾਵੇਂ 1,00,000 ਦੀ ਖਵਾ, ਮੈਨੂੰ ਨਹੀਂ ਟੈਨਸ਼ਨ। ਪਰ ਮੈਂ ਕਹਿੰਦਾ ਵਾ ਇੱਧਰ ਵੇਖ, ਕਦੀ ਆਪਣੇ ਅੱਬੇ ਨੂੰ ਜਿੰਨਾ ਦੀ ਜ਼ਿੰਦਾ ਹੈ, ਇਹਨਾਂ ਦਾ ਤਾਂ ਟੁੱਟ ਗਿਆ ਨਾ, ਹੁਣ ਪੁੱਛ ਰੋਂਦਾ ਕਿਉਂ ਪਿਆ? ਉਹਨੂੰ ਉਹ ਵੇਲਾ ਸਾਰੀ ਫਿਲਮ ਉਹਦੇ ਸਾਹਮਣੇ, ਉਹ ਵੇਲਾ ਯਾਦ ਹੈ ਕਿ ਜਦੋਂ ਮੈਂ ਛੋਟਾ ਜਿਹਾ ਸਾਂ, ਮੇਰਾ ਬਾਪ ਮੇਰੇ ਨਾਲ ਕਿਵੇਂ ਪਿਆਰ ਕਰਦਾ ਸੀ, ਮੈਂ ਖਰਚਾ ਮੰਗਦਾ ਸਾਂ, ਮੇਰੇ ਬਾਪ ਨੇ ਕਦੀ ਨਹੀਂ ਸੀ ਮੈਨੂੰ ਆਖਿਆ ਬਈ ਨਹੀਂ ਉਸਮਾਨ ਯਾਰ ਮੇਰੇ ਕੋਈ ਨਹੀਂ, ਕਹਿੰਦਾ ਸੀ ਕਿੰਨੇ ਚਾਹੀਦੇ ਨੇ। ਕਸਮ ਖੁਦਾ ਦੀ ਰੋਣ ਵਾਲਿਆ, ਪਿਓ ਬਿਮਾਰ ਵੀ ਹੋਵੇ ਨਾ ਫਿਰ ਵੀ ਪੁੱਤਰਾਂ ਦਾ ਆਸਰਾ ਹੁੰਦਾ, ਜੇ ਇਹ ਕਰੋੜਾਂ ਦੀਆਂ ਗੱਲਾਂ ਨੇ, ਪਿਓ ਬਿਮਾਰ ਮੰਜੀ 'ਤੇ ਪਿਆ ਹੋਵੇ ਨਾ ਤਾਂ ਫਿਰ ਵੀ ਲੋਕ ਯਤੀਮ ਨਹੀਂ ਆਉਂਦੇ, ਜਦੋਂ ਪਿਓ ਟੁਰ ਜਾਂਦਾ ਤਾਂ ਫਿਰ ਯਤੀਮੀ ਦਾ ਅਹਿਸਾਸ ਹੁੰਦਾ। ਮੈਂ 12-12 ਸਾਲ ਦੇ ਬੱਚੇ ਤੈਨੂੰ ਇੱਥੇ ਲੈ ਜਾਣਾ ਇਮਨਾਬਾਦ ਰੋਡ 'ਤੇ, ਮੈਂ ਵਿਖਾਨਾ ਹੋਟਲ 'ਤੇ ਬਰਤਨ ਧੋਂਦੇ, ਬਾਬਾ ਉਹਨਾਂ ਦਾ ਦਿਲ ਨਹੀਂ ਕਰਦਾ ਕਿ ਅਸੀਂ ਸਕੂਲ ਪੜ੍ਹੀਏ, ਉਹਨਾਂ ਦਾ ਦਿਲ ਨਹੀਂ ਕਰਦਾ ਕਿ ਅਸੀਂ ਆਲਾ ਤਲੀਮ ਹਾਸਲ ਕਰੀਏ, ਕਿਉਂ? ਅੱਜ ਪੜ੍ਹਾਉਣ ਵਾਲਾ ਕੋਈ ਨਹੀਂ, ਅੱਜ ਫੀਸਾਂ ਦੇਣ ਵਾਲਾ, ਅੱਜ ਕਿਤਾਬਾਂ ਲੈ ਕੇ ਆਉਣ ਵਾਲਾ ਕੋਈ ਨਹੀਂ। ਮੇਰੇ ਨਬੀ ਨੇ ਫਰਮਾਇਆ, ਜਿਹਦੇ 'ਤੇ ਬਾਪ ਰਾਜ਼ੀ ਉਹਦੇ 'ਤੇ ਰੱਬ ਰਾਜ਼ੀ, ਜਿਹਦੇ 'ਤੇ ਬਾਪ ਰਾਜ਼ੀ ਉਹਦੇ 'ਤੇ। ਆਖਰੀ ਗੱਲ ਕਰਨ ਲੱਗਾ, ਆਖਰੀ ਹਦੀਸ, ਇੱਧਰ ਮੇਰੇ ਵੱਲ ਤਵੱਜੋ ਫਰਮਾਇਓ, ਮਸਜਿਦ ਨਬਵੀ ਹੈ, ਨਬੀ ਪਾਕ ਮਿੰਬਰ 'ਤੇ ਨੇ, ਇਹ ਵੀਡੀਓ ਅਲੱਲ ਐਲਾਨ ਪੈਗਾਮ ਹੈ। ਇੱਕ ਸਹਾਬੀ ਆਇਆ ਕਿਬਲਾ, ਆ ਕੇ ਨਬੀ ਪਾਕ ਦੇ ਸਾਹਮਣੇ ਹੱਥ ਜੋੜੇ, ਬਾਬਾ ਜੀ ਮੇਰੇ ਵੱਲ ਵੇਖਿਓ, ਮੌਸਮ ਦੀ ਵੀ ਸੂਰਤ ਹਾਲ ਇਸ ਤਰ੍ਹਾਂ ਦੀ, ਗਰਮੀ ਹੈ ਬਹੁਤ ਜ਼ਿਆਦਾ, ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਤਕਰੀਰ ਛੱਡ ਦੇਣੀ, ਮੈਂ ਐਸਾ ਬੰਦਾ ਨਹੀਂ, ਤੁਸੀਂ ਮੇਰੇ ਤੋਂ ਕਰੋੜ ਵੀ ਸੁੱਟੋ ਮੈਨੂੰ ਇਹ ਕੋਈ ਨਹੀਂ, ਮੈਂ ਆਪਣੇ ਟਾਈਮ 'ਤੇ ਜਦੋਂ ਕਹੋਗੇ ਮੈਨੂੰ ਇਸ਼ਾਰਾ ਕਰੋਗੇ ਮੈਂ 5 ਮਿੰਟ ਪਹਿਲਾਂ ਹੀ ਛੱਡ ਦਿਆਂ, ਬਸ ਇੱਧਰ ਤਵੱਜੋ। ਆਖਰੀ ਗੱਲ, ਉਸ ਤੋਂ ਬਾਅਦ ਦੁਆ,
ਕੋਈ ਲੰਮੀ ਚੋੜੀ ਤਕਰੀਰ ਨਹੀਂ, ਤਵੱਜੋ ਜੀ, ਗੱਲ ਇੱਕ ਵੀ ਚੰਗੀ ਲੱਭ ਜਾਏ ਤਾਂ ਉਹ ਵੀ ਬੜੀ ਹੁੰਦੀ ਕਿ ਨਹੀਂ ਜੀ? ਇਹ ਭਾਈਜਾਨ ਕੇ ਸ਼ਰੀਫ ਤੋਂ ਆਏ ਨੇ, ਇਹਨਾਂ ਦੇ ਮਾਮੂ ਨੇ, ਅਤੇ ਉੱਥੇ ਵੀ ਅਸੀਂ ਜਾਂਦੇ ਰਹਿੰਦੇ ਇਹਨਾਂ ਦੇ ਕੋਲ। ਬਾਬਾ ਜੀ ਮੈਨੂੰ ਇਮਾਨਦਾਰੀ ਨਾਲ ਦੱਸੋ, ਅੱਜ ਮਾਮੇ ਨੇ ਆਏ ਨੇ, ਯਾਰ ਨੇ, ਦੋਸਤ ਨੇ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਯਾਰ ਪਤਾ ਕਿਹੜਾ ਹੁੰਦਾ ਜੇ? ਮੌਲਾ ਅਲੀ ਦਾ ਫਰਮਾਨ ਸੁਣੋ, ਮੌਲਾ ਅਲੀ ਨੇ ਫਰਮਾਇਆ, ਯਾਰ ਉਹ ਹੁੰਦਾ ਜਿਹੜਾ ਮੁਸ਼ਕਲ ਟਾਈਮ ਤੇਰੇ ਪਿੱਛੇ ਖਲੋਵੇ। ਚੰਗੇ ਟਾਈਮ ਤਾਂ ਸਾਰੇ ਹੀ, ਖਾਂਦਾ ਪੀਂਦਾ ਬੰਦਾ ਹੋਵੇ ਤਾਂ ਸਾਰੇ ਆਉਂਦੇ ਨੇ, ਚੌਧਰੀ ਸਾਹਿਬ ਕੀ ਹਾਲ, ਉਸਮਾਨ ਸਾਹਿਬ ਕੀ ਹਾਲ, ਜਨਾਬ ਆਓ, ਬੋਤਲ ਸ਼ੋਤਲ ਪਿਆਈਏ। ਪਤਾ ਤਾਂ ਉਦੋਂ ਲੱਗਦਾ ਜਦੋਂ ਰਵੇ ਕੁਝ ਨਾ, ਜਦੋਂ ਰਵੇ ਕੱਖ ਕੰਡਾ ਨਾ, ਤਾਂ ਫਿਰ ਕੋਲ ਰੋਟੀ ਖਾਣ ਵਾਲੇ ਵੀ ਛੱਡ ਜਾਂਦੇ ਨੇ। ਉਹ ਆਉਂਦੇ ਨੇ ਚਵਲ ਜਿਹਾ ਬੰਦਾ ਛੱਡ ਸੂ ਯਾਰ, ਇਹਨੇ 5,000 ਹੀ ਮੰਗਣਾ, ਹੋਰ ਕੀ ਕਰਨਾ ਸੀ, ਇਹਨੇ 10,000। ਪਹਿਲੀ ਬਾਤ ਮੇਰੀ ਆਲ ਐਲਾਨ ਸੁਣੋ, ਜਾਂ ਕਿਸੇ ਨਾਲ ਲਾਓ ਨਾ, ਅਤੇ ਜੇ ਲਾਓ ਤਾਂ ਕਬਰ ਦੀਆਂ ਕੰਧਾਂ ਤੱਕ ਪੂਰੀ ਕਰੋ, ਨਿਭਾਓ, ਪਤਾ ਲੱਗੇ ਇਹ ਯਾਰੀ ਹੈ, ਇਹ ਦੋਸਤੀ ਹੈ। ਲਾਲਚ ਨਹੀਂ, ਯਾਰੀ ਵਿੱਚ ਲਾਲਚ ਨਹੀਂ ਹੋਣਾ ਚਾਹੀਦਾ। ਜੇ ਲਾਲਚ ਹੈ, ਉਸੇ ਟਾਈਮ ਮਾਫ਼ੀ ਮੰਗ ਕੇ ਪਿੱਛੇ ਹੋ ਜਾ, ਭਾਈ ਮੇਰੇ ਦਿਲ ਵਿੱਚ ਲਾਲਚ ਆ ਗਿਆ, ਮੇਰੀ ਤੇਰੇ 'ਤੇ ਨਜ਼ਰ ਨਹੀਂ ਤੇਰੇ ਪੈਸਿਆਂ 'ਤੇ ਨਜ਼ਰ, ਮੇਰੀ ਤੇਰੇ 'ਤੇ ਨਜ਼ਰ ਨਹੀਂ ਤੇਰੀ ਪ੍ਰਾਪਰਟੀ 'ਤੇ ਨਜ਼ਰ। ਜਿਹੜਾ ਮੁਖਲਸ ਹੈ ਉਹ ਹੁਣ ਕੋਈ ਕੋਈ ਬੰਦਾ ਲੱਭਦਾ, ਜੇ ਮੁਖਲਸ ਲੱਭ ਗਿਆ ਤਾਂ ਉਹਦੀ ਕਦਰ ਕਰ, ਕਸਮ ਖੁਦਾ ਦੀ ਆਲ ਐਲਾਨ ਕਹਿਣਾ। ਆਖਰੀ ਉਸ ਤੋਂ ਸੁਲਤਾਨੀ ਦੀ ਇਜਾਜ਼ਤ ਜੁਮ ਸੁਣ, ਹੱਥ ਬੰਨੇ ਬਾਬਾ ਜੀ, ਇੰਨਾ ਮਜਮਾ ਮਾਨ ਸੋ ਬੰਦ ਖੜੇ ਨੇ ਬੈਠੇ ਨੇ, ਆਖਰੀ ਜੁੜੇ ਹੱਥ ਬੰਨ ਕੇ ਅਰਜ਼ ਕੀਤੀ, ਕਮਲੀ ਵਾਲਿਆਂ ਦੀ ਸ਼ਿਕਾਇਤ ਲੈ ਕੇ ਆਇਆ, ਬਜ਼ੁਰਗੋ ਅੱਲਾਹ ਤੋਂ ਹੱਥ ਨੂੰ ਸਦ ਕਰ ਸਕਦਾ, ਦਿਵਾਲੀ ਬਖਸ਼ ਫਰਮਾਏ, ਹਰ ਨਹੀਂ ਹੁੰਦਾ ਕੋਈ, ਜੇ ਸੁਖੀ ਹੋਵੇ ਉਹ ਨਹੀਂ ਰੋਂਦਾ, ਦੁਖੀਏ ਦੀ ਗੱਲ ਦੁਖੀ ਜਾਣੇ, ਆਏ ਹਾਏ ਹਾਏ, ਇੱਧਰ ਰੱਖਿਓ, ਦੁਖੀਏ ਦੀ ਗੱਲ ਦੁਖੀ ਜਾਣੇ ਤੇ ਸੁਖੀਏ ਕੀ ਖਰਾ, ਜਿਹੜਾ ਸੁਖ ਵੇ ਤੁਹਾਨੂੰ ਕੋਈ ਪਤਾ ਨਹੀਂ। ਆਹ ਹਜ਼ੂਰ ਇਹ ਆਖਰੀ ਹੱਥ ਸੁਣੀ, ਹੱਪੂ ਵਾਲਿਆ, ਆਹ ਹਜ਼ੂਰ ਮੇਰਾ ਬਾਪ ਇਹਦੀ ਕਾਈ ਹੈ, ਮੇਰਾ ਬਾਪ ਮੇਰੇ ਪੈਸੇ ਖਾਂਦਾ, ਮੇਰਾ ਬਾਪ ਮੈਂ ਗਮਾ ਖਾਂਦਾ, ਹੱਲ ਇਹ ਲੰਮ ਜੁਮਲੇ ਲੈ ਲਿਆ, ਨਬੀ ਪਾਕ ਇਹ ਨਹੀਂ ਫਰਮਾਇਆ, ਛੱਡ ਦਿਓ ਤਰੋ ਤੁਰ ਜਾਓ, ਇਹ ਤਵੱਜੋ ਰਹੋ ਯਾਰ, ਇੱਧਰ ਤਵੱਜੋ ਕਰੋ, ਗੱਲ ਬੜੀ ਹੁੰਦੀ। ਨਬੀ ਪਾਕ ਨੇ ਫਰਮਾਇਆ ਕਿਹਦੀ ਸ਼ਿਕਾਇਤ ਲੈ ਕੇ ਆਇਆ? ਆਪਣੇ ਅਬੇ ਦੀ। ਕਿਹਦੀ? ਆਪਣੇ ਵਾਲ ਦੀ। ਬਾਬਾ ਜੀ ਆਪਣੇ ਅਬੂ ਦੀ ਸ਼ਿਕਾਇਤ ਲੈ ਕੇ ਆਇਆ ਨਬੀ ਪਾਕ ਦੀ ਅਦਾਲਤ 'ਚ, ਹਜ਼ੂਰ ਕਚਹਿਰੀ 'ਚ, ਇਹ ਵੇਖੋ ਮੇਰੇ ਵੱਲ ਦਾ ਆ ਚੁੱਪ ਵੇਖਿਆ। ਨਬੀ ਪਾਕ ਨੇ ਫਰਮਾਇਆ ਤੇਰੇ ਬਿਨਾਂ ਤਾਂ ਕੀ ਆਖਿਆ? ਕਹਿੰਦਾ ਹਜ਼ੂਰ ਮੇਰਾ ਬਾਪ ਤੇ ਮੇਰੀ ਕਮਾਈ ਖਾਂਦਾ, ਮੇਰਾ ਵਾਲਦ ਤੇ ਮੇਰੀ ਕਮਾਈ ਖਾਂਦਾ, ਕੀ ਕਰਦਾ ਮੇਰਾ ਬਾਪ ਕੀ ਕਰਦਾ ਮੇਰੀ ਕਮਾਈ ਖਾਣਾ, ਤਾਂ ਤਸਵਰ ਰਿਹਾ ਜੇ। ਨਬੀ ਪਾਕ ਨੇ ਇਹ ਨਹੀਂ ਫਰਮਾਇਆ ਤੇਰੇ ਬੇ ਦੀ ਕੀ ਉਰੇ ਤੇਰੀ ਕਮਾਈ ਖਾਵੇ, ਅੱਜ ਫਿਰ ਕਮਾਉਣ ਲੱਗ ਪਏ, ਅੱਬੇ ਨੂੰ ਗੱਲਾਂ ਵੀ ਸੁਣਾਉਣ ਲੱਗ ਪੈਂਦਾ, ਕਦਮ ਗੁਦਾ ਜੀ ਐਸੇ ਦੇਖੇ ਨਾ ਸਿਆਲਕੋਟ 'ਚ, ਅੱਬੇ ਝਿੜਕਾਂ ਮਾਰਦੇ ਆ, ਮੈਨੂੰ ਗੱਲ ਸੁਣਾਉਣ ਲੱਗ ਪੈਂਦਾ, ਅੱਬਾ ਜੀ ਤੁਸੀਂ ਫਜ਼ੂਲ ਖਰਚ ਬੜੀ ਕਰਦੇ ਹੋ, ਅੱਬਾ ਜੀ ਤੁਸੀਂ ਪੈਸੇ ਬੜੇ ਅੱਜ ਕਰ ਦਿਓ, ਮੈਂ ਕਿਹਾ ਲਿਆ ਕਰਨਾ ਕੀ ਵਾਸਤੇ, ਅੱਜ ਆਉਂਦਾ ਤਾਂ ਕਹਿੰਦਾ ਅੱਬਾ ਮੈਂ ਆਉਂਦਾ ਤੈਨੂੰ ਕਾਰ 'ਚ ਬਿਠਾਉਣਾ, ਹੈਂ ਉਹਨੂੰ ਮੈਂ ਸੀ ਲੈ ਜਾਂਦਾ, ਉਹਨੂੰ ਮੈਂ ਫਾਣੀ ਜਗਤ, ਉਹ ਬਾਬਾ ਜੀ ਕਦਰ ਦਈਏ, ਜੁੰਦੇ ਦੀ ਕਰ ਕਰੋ ਕਸਮ ਖੁਦਾ ਦੀ, ਜੇ ਟੁੱਟ ਜਾਣਾ ਫਿਰ ਰੋਣ ਤੋਂ ਇਲਾਵਾ ਬੰਦੇ ਦੇ ਪਲੇ ਰਹਿੰਦਾ ਕੁਝ ਨਹੀਂ। ਜੇ ਨਬੀ ਪਾਕ ਨੇ ਫਰਮਾਇਆ ਹੁਣੇ ਦਾ ਫੈਸਲਾ ਕਰਨ, ਇੱਥੇ ਬਹਿ ਸਾਬੀ ਨੂੰ ਬੁਲਾਇਆ, ਇੱਧਰ ਵੇਖਿਓ ਜੀ, ਨਬੀ ਪਾਕ ਇੱਕ ਨੌਕਰ ਭੇਜ ਆਓ, ਇਹਦੇ ਬੂ ਨੂੰ ਬੁਲਾ ਕੇ ਲੈ ਆਓ, ਉਹ ਸਾਬੀ ਗਿਆ, ਬਾਜੀ ਬੰਨੇ ਆਇਓ ਜੀ ਪੁੱਤਰ, ਤੁਹਾਨੂੰ ਹਜ਼ੂਰ ਬੁਲਾਉਂਦੇ। ਬਾਬੇ ਨੇ ਕਿਹਾ ਖੈਰ ਨਮਾਜ਼ ਦਾ ਟਾਈਮ ਹੀ ਨਹੀਂ, ਹਜ਼ੂਰ ਬੁਲਾ ਰਹੇ ਨੇ। ਉਹਨੇ ਕਿਹਾ ਬਾਬਾ ਜੀ ਖੈਰ ਕੋਈ ਨਹੀਂ, ਅੱਜ ਤੇਰੇ ਪੁੱਤਰ ਨੇ ਮਦੀਨੇ ਕਚਹਿਰੀ ਵਿੱਚ ਤੇਰੀ ਸ਼ਿਕਾਇਤ ਲਾਈ, ਅਪਗੜੇ ਆ ਲਿਆ ਇੱਥੇ ਪਰੇ ਆ ਜਾਏ, ਤੇ ਸਾਰੇ ਯਾਰ ਦੋਸਤ ਗੱਲ ਬੈਠ ਹੋਣ, ਤੇ ਪੁੱਤਰ ਪਰਾ ਬਿਠਾਵੇ ਪਿਓ ਦੇ ਖਿਲਾਫ, ਉਸ ਪਿਓ ਦੇ ਪਲੇ ਕੁਝ ਰਹਿੰਦਾ, ਉਸ ਬਾਅਦ ਦੇ ਪੱਲੇ ਕੁਝ ਰਹਿ। ਬਾਬਾ ਜਿਮਲੇ ਸੁਹਿਜ ਜੀ ਇੰਨੀ ਗੱਲ ਕੀਤੀ ਨਾ, ਤੇ ਬਾਬ ਦੀਆਂ ਅੱਖਾਂ ਗਲ ਗਈਆਂ, ਮੇਰਾ ਪੁੱਤਰ ਉਹ ਮੇਰੀ ਕੈਦ ਲਾਉਂਦਾ, ਮੇਰਾ ਜਮਿਆ ਹੋ ਕੇ ਇਹਦੀ ਸ਼ਿਕਰ ਪਿਆ ਲੈ, ਇੱਥੇ ਉਮੀ ਕਸ਼ਮੀਰ ਰੱਖਿਆ ਮੀਆਂ ਮੁਹੰਮਦ ਬਖਸ਼ ਸ਼ਰਮਾ ਤੋਂ ਪੜ ਛਾ ਜ਼ੋਰ ਰੱਖਦੇ ਹੋਈਆਂ ਸਾਡੇ ਗੱਲਾਂ ਦਾ ਕਿ ਬੋਲੇ, ਇੱਕ ਵਾਰੀ ਹੱਥ ਬੁਲਾ ਕਰਕੇ ਬੋਲਿਆ ਜੇ ਸੁਭਾਨ ਅੱਲਾ, ਤੁਹਾਡੀ ਸੁਭਾਨ ਅੱਲਾ ਵੀ ਉਸਮਾਨ ਦੇ ਵਾਲੇ ਸਾਰੀ ਕਬਰ ਜਾਵੇ, ਫਿਰ ਬੋਲਿਆ ਜੇ ਸੁਭਾਨ ਅੱਲਾ, ਬਾਬਾ ਜੀ ਰੂਮੀ ਕਸ਼ਮੀਰ ਮੀਆਂ ਮੁਹੰਮਦ ਬਖਸ਼ ਸ਼ਰਮਾ ਕੁੱਲ ਲੈ ਰਿਆ ਲਮੋੜਾਈ ਮੀਆਂ ਸਾਹਿਬਾਂ ਨੇ ਨਵੀਦ ਵਿਰਾਂ ਦੇ ਵੀਰ ਵੀਰਾਂ ਵੀਰ ਵੀਰਾਂ ਹੋਂਦੇ ਵੀਰ ਵੀਰਾਣੀਆਂ ਮਾਮਾ ਪਾਪ ਸਿਆਂਦੇ
ਸੁਣ ਕੇ ਕਹਿ ਰਹੇ ਹਾਂ ਬਾਬਾ ਜੀ ਬਾਰੋਂ ਰੋਂਦਾ ਨਹੀਂ ਕਚਹਿਰੀ ਆਏ ਆਹੀ 5-7 ਮਿੰਟ ਤਕਰੀਰ ਮੋ ਗਈ ਫਿਰ ਬੀਬੀ ਵਰਦੇ ਜਲਵਾ ਫਰਮਾਣ ਬਾਬਾ ਰੋਂਦਾ ਰੋਂਦੇ ਆਉਂਦਾ ਆਇਆ ਇੱਥੇ ਜੋ ਸੁਣੀ ਜਰਾ ਮੇਰੇ ਨਬੀ ਦੀ ਨਰ ਬਾਬੇ ਦੇ ਰੇ ਪੈ ਬਾਬੇ ਦੀ ਨਰ ਮਰੀ ਦੇ ਤੂੰ ਹਾਲ ਚਿਹਰੇ ਪੈ ਗਈ ਹਲਮ ਨਸ਼ਾਦ ਸੀਨ ਵਾਲਾ ਹੈ ਯਾ ਅੱਲਾ ਨੇ ਹੱਥ ਵਾਲਾ ਹੈ ਮਾਂ ਦਾ ਗੱਲ ਸਰੇ ਕਾ ਜਲਾ ਹੈ ਮੇਰੇ ਨਬੀ ਨੇ ਬਾਬੇ ਨੂੰ ਵੇਖਿਆ ਇੱਧਰ ਖਣੇ ਮੇਰੇ ਨਬੀ ਨੇ ਬਾਬੇ ਨੂੰ ਵੇਖਿਆ ਹੈ ਬਾਬ ਮਸਜਿਦ ਦਰਵਾਜ਼ੇ ਉਸਤੇ ਇੰਦਾਰ ਆ ਰਿਹਾ ਹੈ ਓਏ ਪੋਡੀ ਅਲਿਆ ਮੇਰਾ ਨਬੀ ਬਾਬੇ ਨੂੰ ਵੇਖੇ ਉੱਠ ਕੇ ਖੜਾ ਹੋ ਗਿਆ ਮੇਰਾ ਨਬੀ ਉੱਠ ਕੇ ਖਲੋ ਗਿਆ ਸੁਣੀ ਹੁਣ ਮੇਰਾ ਨਬੀ ਉੱਠ ਕੇ ਖੜਾ ਹੋ ਗਿਆ ਹੈ ਮੇਰਾ ਮੁਹੰਮਦ ਉੱਠ ਕੇ ਖੜਾ ਹੋ ਗਿਆ ਹੈ ਸਬਦੀ ਵਾਲੇ ਨੇ ਬਸੂ ਫਿਰਾ ਲੈ ਨੇ ਇੱਧਰ ਰੱਖੀ ਹਜ਼ੂਰ ਦੇ ਪਾਸ ਫੇਲ ਲੈ ਫਰਮਾਇਆ ਬਾਬਾ ਆ ਜਾ ਮੇਰੇ ਨਬੀ ਸੀਨੇ ਲੱਗ ਆਏ ਨਾਲੇ ਰੋਈ ਜਾ ਯਾਰ ਅੱਲਾ ਤੇ ਆਪਣੀ ਬੜੀ ਫਰਾਵੇ ਚੀਆਂ ਦਰੀਆਂ ਦੇ ਪੈਂਦੇ ਹਜੇ ਉਹ ਜਹਾਨ ਰੋਂਦੇ ਨੇ ਅੱਲਾ ਦੀ ਕਸਮ ਲੋ ਮੇਰੇ ਨਬੀ ਦੇ ਸੀਨੇ ਬਾਬਾ ਲੱਗ ਜਾਏ ਬਾਬਾ ਰੋਈ ਜਾ ਰਿਹਾ ਹੈ ਮੇਰੇ ਨਬੀ ਨੇ ਫਰਮਾਇਆ ਬਾਬਾ ਕਿਉਂ ਰੋਣਾ ਹੈ ਅਖੇ ਰੋਈਏ ਕਮੀਰ ਬੋਲਿਆ ਹੈ ਅਖਮੀਆਂ ਮੁਹੰਮਦ ਬਦ ਬੋਲਿਆ ਹੈ ਸੋਹਣੀਆਂ ਸਭ ਦਾ ਸ਼ਮੀਆਂ ਸਭ ਕੀ ਕਰੇ ਨੇ ਵੀ ਅਸਾਂ ਨੇ ਫਰਮਾਇਆ ਦੁਖੀਏ ਦੀ ਕਰੇ ਦੁਖੀਆਂ ਦੁਖੀਏ ਦੀ ਗੱਲ ਹੈ ਦੁਖੀਆਂ ਸੁਖੀਏ ਮੋਗੀ ਖਬਰਾਂ ਤੇ ਯਾਰ ਜਿਨ੍ਹਾਂ ਨੇ ਮੌਤ ਮਰੇ ਸੁਣਿਓ ਸੁਣਿਓ ਯਾਰ ਜਿਨ੍ਹਾਂ ਦੇ ਯਾਰ ਜਿਨ੍ਹਾਂ ਦੇ ਹੈ ਮੌਤ ਨੇ ਮਰੇ ਸੁਣ ਜਾਣੇ ਜੁਮਲੇ ਸੁਣ ਕੇ ਆ ਹਜ਼ੂਰ ਮੇਰੇ ਪੁੱਤਰ ਨੇ ਮੇਰੀ ਸ਼ਹਿਦ ਲਾਈ ਹਜ਼ੂਰ ਮੇਰੇ ਵਾਲਦ ਨੇ ਮੇਰੀ ਸ਼ਿਕਾਇਤ ਲਾਈ ਹਜ਼ੂਰ ਜੁਮਲੇ ਸੁਣਿਆ ਅੱਜ ਪੂਰੇ ਸ਼ਹਿਦਾਂ ਵਾਲਾ ਮਾਏ ਨਕਵਾ ਨੇ ਫਰਮਾਇਆ ਬਿਆ ਤੋਂ ਕਰੀ ਵਾਇਆ ਮੈਂ ਬਾਇਓ ਖਾਪਰ ਲਿਆਏ ਮੈਨੂੰ ਵਾਰਸ ਦੇ ਦੇ ਵਾਰਸ ਬਣ ਕੇ ਬਹਿਰਾਨ ਅੱਜ ਮਸਾਂ ਦਾ ਵਾਰਸ ਬਣ ਕੇ ਬਿਠਾਏ ਅੱਜ ਤੈਨੂੰ ਤੇਰੇ ਦੌਰਾਨ ਲੋਕ ਯਾਦ ਕਰਦੇ ਨੇ ਅੱਜ ਤੇਰੇ ਆਪ ਵੀ ਲੋਕ ਯਾਦ ਕਰੇ ਨੇ ਅੱਜ ਥਮ ਨਾ ਦਵਾਂ ਅੱਜ ਕੋਈ ਇਹ ਨਹੀਂ ਆਉਣਾ ਅੱਜ ਕੋਈ ਯਾਦ ਤੇਰੀ ਨਹੀਂ ਆਉਣਾ ਅੱਜ ਇਸ਼ਤਿਹਾਰ ਹੋਈ ਨਹੀਂ ਆਉਣਾ ਪਤਨੀ ਉਸਮਾਨ ਬਿਨਾ ਹਿੰਨ ਵੀ ਚੁੜੇਦਾ ਹੈ ਸਿਉਣਾ ਏ ਜਿੰਨਾ ਯਾਦਾਂ ਰੋਈਆਂ ਨੇ ਅੱਲਾ ਨੇ ਫਰਮਾਇਆ ਗਵਾ ਬਣ ਜਾਓ ਉਸ ਬਾਰੇ ਤੇ ਅੱਤਰੂਆਂ ਦੱਸ ਦਿੱਤਾ ਮੈਂ ਉਸਮਾਨ ਦੇ ਅੱਪੇ ਦੀ ਬਖਸ਼ੀ ਫਰਮਾਨ ਛੱਡੀ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕੋਈ ਪਰਾ ਨਹੀਂ ਅੱਲਾ ਦੀ ਸਮੇ ਰੋਂਦੇ ਰਹਿ ਗਏ ਨੇ ਪੁੱਤ ਵੀ ਰੋਂਦੇ ਰਹਿ ਗਏ ਨੇ ਧੀਆਂ ਵੀ ਰੋਂਦੀਆਂ ਰਹਿ ਗਈਆਂ ਨੇ ਫਿਰ ਨਬੀ ਨੇ ਫਰਮਾਇਆ ਬਾਬਾ ਕਿਉਂ ਰੋਣਾ ਹੈ ਹਣ ਕਮਲੀ ਵਾਲਿਆ ਹਜ਼ੂਰ ਜੀ ਤੂੰ ਮੇਰਾ ਪੁੱਤਰ ਛੋਟਾ ਸੀ ਜਿਮਲੇ ਸੋ ਹਜ਼ੂਰ ਜੀ ਤੂੰ ਮੇਰਾ ਪੁੱਤਰ ਛੋਟਾ ਸੀ ਹਜ਼ੂਰ ਜਿਹੜੀ ਚੀਜ਼ ਮੰਗਾ ਰਿਹਾ ਹੈ ਹਜ਼ੂਰ ਮੈਂ ਰਹਿ ਕੇ ਦੇਂਦ ਰਿਹਾ ਐਨੀ ਬੜੀ ਖਾਸ਼ ਕੀਤੀ ਹੈ ਹਜ਼ੂਰ ਮੈਂ ਪੀ ਗਿਰੀ ਹੈ ਹਜ਼ੂਰ ਬਿਮਾਰ ਹੁੰਦਾ ਆ ਹਜ਼ੂਰ ਮੈਂ ਸੀਨੇ ਲਾਉਂਦਾ ਆ ਹਜ਼ੂਰ ਬਿੰਗ ਪਰੇਸ਼ਾਨੀ ਆਉਣੀ ਦਾ ਕਮਲੀ ਵਾਲਿਆ ਅੱਜ ਮੇਰਾ ਜੰਮਿਆ ਹੋ ਗਏ ਅੱਜ ਮੇਰਾ ਪੁੱਤਰ ਹੋ ਗਏ ਅੱਜ ਪਿਓ ਨੂੰ ਸਰੀਬ ਆਖਦਾ ਅੱਜ ਤੇ ਜਾਂ ਸ਼ੈਤਾਂ ਵਾਲਾ ਮਾਏ ਓਏ ਆਪਾਂ ਨੂੰ ਵੀ ਬੈਣਾ ਅੱਜ ਮੈਂ ਸੁਣਿਆ ਰੇ ਫਿਰ ਨਬੀ ਇਹ ਬਾਬ ਨੂੰ ਸੀਨੇ ਲਾ ਲਿਆ ਹਜ਼ੂਰ ਹੀ ਰੋਣ ਲੱਗ ਰਹੇ ਹਾਰਿਆਂ ਨੇ ਕਮੀ ਵਾਲਿਆ ਤੁਸੀਂ ਕਿਉਂ ਰੋਂਦੇ ਹੋ ਫਰਮਾਇਆ ਗੁਲਾਮੋ ਹਾਏ ਬਾਬੇ ਦੇ
ਦੁੱਖ ਨਬੀ ਨੂੰ ਰੁਲਾਇਆ, ਅਜੀ ਦੇ ਪਿਓ ਦੁੱਖ ਨਬੀ ਨੂੰ ਰੁਲਾਇਆ, ਕੀ ਪਿਓ ਨੂੰ ਦੁਖੀ ਕਰਾਰ, ਕਦੀ ਜਵੇ ਨੂੰ ਦੁਖੀ ਕਰਾਰ, ਕਦੀ ਬਾਪ ਦਾ ਦਿਲ ਨਾ ਰੁਖਾਇਆ, ਹਲ ਇਆਣ ਨਾ ਰਿਆ, ਥਾਈ ਦੇ ਰੂਏ ਕਬੀ ਬੋਲਿਆ, ਹੇ ਮੀਆਂ ਸਾਹਿਬਾਂ ਨੇ ਬਾਪ ਮਰੇ ਇਸੇ ਨਕਾ ਹੋਵੇ ਸਾਹਮਣੇ ਚੁਲੀ ਚਾਣੇ ਰੋਇਆ ਪੁੱਤਰ ਬੋਲ ਬਹਾਦ ਰੋਇਆ ਹੈ ਕੁਝ ਪੁੱਤਰ ਕੀ ਹੁਣ ਸਬਰ ਜਾ ਜੀ ਸਬਰ ਦੋ ਹਲਾ ਲੀਲਾ ਜਾ ਰਿਹਾ ਹਲਾ ਲੀਲਾ ਗਲ ਪਾ ਲਾਵਾਂ ਮੇਰੇ ਨਬੀ ਫਰਮਾਇਆ ਮੁੰਡਿਆ ਆਪਣੇ ਅੱਬੇ ਕੋਲ ਮਾਫੀ ਮੰਗ ਹੈ ਚੁੰਮ ਸੁਣਿਓ ਆਪਣੇ ਅੱਬੇ ਕੋਲ ਮਾਫੀ ਮੰਗ ਆਪਣੇ ਬਾਪ ਕੋਲ ਮਾਫੀ ਮੰਗ ਅੰਦਾ ਹਜ਼ੂਰ ਮੈਸੇਜ ਮੇਰੇ ਹਜ਼ੂਰ ਬੋਲਤ ਮੇਰੀ ਹਜ਼ੂਰ ਮਾਫੀ ਮੈਂ ਮੰਨੀ ਹੈ ਮੇਰੇ ਨਬੀ ਨੇ ਫਰਮਾਇਆ ਪਰਾ ਮੁਹੰਮਦ ਦੀ ਕਚਹਿਰੀ ਦਾ ਫੈਸਲਾ ਹੈ ਅੰਤਾ ਵਾਲ ਕਰੀ ਅਬੀ ਦਾ ਫਰਮਾਇਆ ਦਲਿਆ ਤੂੰ ਤੇ ਤੇਰਾ ਸਾਰਾ ਮਾਲ ਤੇਰੇ ਬੇਦਾਰ ਲਓ ਜੀ ਮੁੱਕ ਗਈ ਤੇਰੀ